Z5 ऐप डाउनलोड करो ते देखो पूरे एपिसोड बिल्कुल फ्री। दरअसल डैड नू कैनेडा भेजन दा फैसला नयन दा सी। वो चाहती सी कि डैड दे बेहतर इलाज लई असी उन्हां नू कैनेडा भेज दिए। राजवीर तो उड़ गया ते रीटा उस उड़ती हुई चिड़ी दे खांबे गिनती रह गई। आखिर वो राजवीर नू मारन च सफल नहीं हुई। हुण की करां, उहदे नाल नाल मेरा प्लान भी खत्म हो गया। ਕੀ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਦਿਵਾਸ਼? ਤੁਸੀਂ ਰਾਜਵੀਰ ਅੰਕਲ ਨੂੰ ਇਸ ਕੰਡੀਸ਼ਨ ਦੇ ਵਿੱਚ ਅਲਕਾ ਬੁਆ ਦੇ ਨਾਲ ਉਹਨਾਂ ਦੇ ਘਰ ਕਿਤੇ ਭੇਜ ਸਕਦੇ ਹੋ? ਤੇ ਉਹ ਵੀ ਉਸ ਸਟੂਪਿਡ ਨਏ ਦੇ ਕਹਿੰਦੇ। ਤੁਸੀਂ ਇਹ ਸਭ ਕੁਝ ਕਰਨ ਤੋਂ ਪਹਿਲਾਂ ਧਾਰਜੀ ਬਾਰੇ ਬਿਲਕੁਲ ਨਹੀਂ ਸੋਚਿਆ? ਕਦੋਂ ਦਾ ਰਾਜਵੀਰ ਅੰਕਲ ਦੇ ਆਉਣ ਦਾ ਵੇਟ ਕਰ ਰਹੇ ਸੀ? ਧਾਰਜੀ, ਤੁਸੀਂ ਹੁਣੇ ਅਲਕਾ ਬੁਆ ਨੂੰ ਫੋਨ ਕਰੋ ਕਿ ਉਹ ਰਾਜਵੀਰ ਅੰਕਲ ਨੂੰ ਜਲਦੀ ਤੋਂ ਜਲਦੀ ਵਾਪਸ ਲੈ ਕੇ ਆਉਣ। ਨਹੀਂ ਨਹੀਂ, ਜੇ ਨੈਣ ਦਾ ਫੈਸਲਾ ਹੈ ਤਾਂ ਉਹਨੇ ਬੜਾ ਸੋਚ ਸਮੇਂ ਕੇ ਕੀਤਾ ਹੋਏਗਾ। ਮੈਨੂੰ ਉਹਦੇ ਫੈਸਲੇ ਤੇ ਪੂਰਾ ਭਰੋਸਾ ਹੈ। ਸੁਣ ਲਿਆ ਜੈਸਮਿਨ, ਆ ਗਈ ਸਮਝ? ਡੈਡ ਦੀ ਇੰਨੀ ਫਿਕਰ ਕਰਨ ਲਈ ਤੇਰਾ ਬਹੁਤ ਬਹੁਤ ਥੈਂਕਸ। ਬਟ ਅਸੀਂ ਵੀ ਇਹ ਸਭ ਕੁਝ ਡੈਡ ਦੀ ਭਲਾਈ ਲਈ ਕਰ ਰਹੇ। ਤੁਸੀਂ ਨਾ ਆਪਣੇ ਮੂੰਹ ਆਪਣੇ ਆਪ ਨੂੰ ਜ਼ਿਆਦਾ ਸਹੀ ਨਾ ਕਹੋ ਦੇਵਾਂਸ਼। ਮੇਰੀ ਨਜ਼ਰ ਦੇ ਵਿੱਚ ਤੁਸੀਂ ਤੇ ਅਲਕਾ ਬੁਆ ਨੇ ਜੋ ਕੀਤਾ ਨਾ ਬਿਲਕੁਲ ਗਲਤ ਕੀਤਾ। ਕੇਸੀ ਚ ਦੀ ਗੱਲਾਂ ਤੇ ਮਿੱਟੀ ਪਾਓ, ਇਹਨੂੰ ਤਾਂ ਹਰ ਚੰਗੇ ਕੰਮ 'ਚ ਪ੍ਰੋਬਲਮ ਹੀ ਹੁੰਦੀ ਹੈ। ਮੇਰੇ ਹਿਸਾਬ ਨਾਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਨਾਲੇ ਨਯਨ ਹੁਣ ਜਲਦੀ ਇਸ ਘਰ 'ਚ ਵਾਪਿਸ ਆ ਜਾਏਗੀ। ਮੈਂ ਤਾਂ ਕਹਿੰਦੀ ਹਾਂ ਖੇਨ ਦੁੱਖ ਤੋਂ ਬਾਅਦ ਇਸ ਘਰ 'ਚ ਖੁਸ਼ੀ ਵਾਪਿਸ ਆਏਗੀ, ਤਾਂ ਕਿਉਂ ਨਾ ਅਸੀਂ ਨਯਨ ਲਈ ਵੈਲਕਮ ਪਾਰਟੀ ਰੱਖੀਏ। ਹਾਂ, ਇਹ ਬਿਲਕੁਲ ਸਹੀ ਰਹੇਗਾ, ਉਹਨੂੰ ਵੀ ਚੰਗਾ ਲੱਗੇਗਾ। ਉਹਨੇ ਸਾਡੇ ਲਈ ਕਿੰਨਾ ਕੁਛ ਕੀਤਾ ਹੈ, ਸਾਨੂੰ ਵੀ ਉਹਦਾ ਦਿਲ ਦੇ ਨਾਲ ਸਵਾਗਤ ਕਰਨਾ ਚਾਹੀਦਾ ਹੈ। ਹਾਂ, ਤਿਆਰੀਆਂ ਸ਼ੁਰੂ ਕਰੋ। ਵਾਚਮੈਨ, ਤੂੰ ਥੋੜ੍ਹੀ ਦੇਰ ਪਹਿਲਾਂ ਇੱਥੋਂ ਕੋਈ ਬੰਦਾ ਭੱਜਦਾ ਹੋਇਆ ਦੇਖਿਆ? ਨਹੀਂ, ਮੈਂ ਤਾਂ ਨਹੀਂ ਦੇਖਿਆ। ਚੰਗੀ ਤਰ੍ਹਾਂ ਯਾਦ ਕਰਕੇ ਦੱਸ, ਕੋਈ ਇਹੋ ਜਿਹਾ ਬੰਦਾ ਜਿਹੜਾ ਡਰਿਆ ਹੋਵੇ ਤੇ ਜਲਦਬਾਜ਼ੀ 'ਚ ਭੱਜ ਰਿਹਾ ਹੋਵੇ। ਨਹੀਂ ਸਾਹਿਬ, ਮੈਂ ਤਾਂ ਕਿਸੇ ਨੂੰ ਨਹੀਂ ਦੇਖਿਆ। ਠੀਕ ਹੈ, ਤੂੰ ਵਾਰਡ ਨੰਬਰ 11 ਦੇ ਪੇਸ਼ੈਂਟ ਨਯਨ ਦਾ ਧਿਆਨ ਰੱਖੀ ਤੇ ਜੇ ਕੋਈ ਵੀ ਗੜਬੜ ਨਜ਼ਰ ਆਵੇ ਤਾਂ ਸਿੱਧਾ ਮੈਨੂੰ ਦੱਸੀ। ਓਕੇ ਸਰ। ਤਾਂ ਕੋਈ ਨਜ਼ਰ ਨਹੀਂ ਆ ਰਿਹਾ, ਉਹ ਕਿਆ ਕਿੱਥੇ? ਆ ਫੜ ਤੇਰੇ ਲਈ। ਤੁਹਾਨੂੰ ਪੁਲਿਸ ਕਿਉਂ ਲੱਭ ਰਹੀ ਸੀ? ਨਾਲੇ ਤੁਹਾਨੂੰ ਬਚਾਉਣ ਦੇ ਚੱਕਰ 'ਚ ਕਿਤੇ ਮੈਂ ਤਾਂ ਨਹੀਂ ਫਸ ਜਾਂਗੀ ਨਾ? ਤੂੰ ਫਿਕਰ ਨਾ ਕਰ, ਮੈਂ ਕੋਈ ਅਪਰਾਧ ਨਹੀਂ ਕੀਤਾ। ਇਹ ਮੈਨੂੰ ਬਚਾਉਣ ਵਾਸਤੇ ਥੈਂਕ ਯੂ ਸੋ ਮਚ ਹੈ। ਸਲੀਪਿੰਗ ਪਿਲਸ? ਤਲਾਕ ਦੇ ਕਾਗਜ਼ਾਂ ਤੇ ਉਹਦੇ ਅੰਗੂਠੇ ਦੇ ਨਿਸ਼ਾਨ ਲੈਣ ਦੇ ਲਈ ਪਹਿਲਾਂ ਉਹਨੂੰ ਸਲੀਪਿੰਗ ਪਿਲ ਦੇ ਕੇ ਸਵਾਉਣਾ ਹੋਏਗਾ। ਇਸ ਦਵਾਈ ਦਾ ਇੱਕ ਛੋਟਾ ਜਿਹਾ ਡੋਜ਼ ਜਦ ਆਦਮੀ ਨੂੰ ਲੰਮੇ ਟਾਈਮ ਲਈ ਸਵਾ ਸਕਦਾ ਹੈ, ਤਾਂ ਬਹੁਤ ਜ਼ਿਆਦਾ ਡੋਜ਼ ਹਮੇਸ਼ਾ ਲਈ ਵੀ ਤਾਂ ਸਵਾ ਸਕਦਾ ਹੈ। ਜੇ ਮੈਂ ਘਰ ਇਹ ਦਵਾਈ ਵਰਤੀ ਨਾ ਤਾਂ ਪੱਕਾ ਇਨਵੈਸਟੀਗੇਸ਼ਨ ਹੋਏਗੀ, ਪਰ ਜੇ ਹੌਸਪੀਟਲ 'ਚ ਵਰਤੀ ਤਾਂ ਇੰਨਾ ਤਾਂ ਕੇਸ ਹੋਏਗਾ। ਕੋਈ ਤਾਂ ਇੱਥੇ ਜ਼ਰੂਰ ਸੀ। ਮੈਡਮ, ਤੁਸੀਂ ਇੱਧਰ ਉੱਧਰ ਕਿਉਂ ਘੁੰਮ ਰਹੇ ਹੋ? ਚਲੋ ਜਾ ਕੇ ਰੈਸਟ ਕਰੋ। ਪਰ ਇੱਥੇ ਮੈਮ, ਤੁਹਾਡਾ ਹੁਣੇ ਹੁਣੇ ਆਪਰੇਸ਼ਨ ਹੋਇਆ ਹੈ, ਤੁਹਾਡਾ ਇੱਧਰ ਤੁਰਨਾ ਫਿਰਨਾ ਠੀਕ ਨਹੀਂ ਹੈ। ਚਲੋ ਤੁਸੀਂ ਚਲੋ। ਇੱਥੇ ਮੈਂ ਤੁਹਾਨੂੰ ਕਹਿ ਰਹੀ ਹਾਂ, ਕੋਈ ਤਾਂ ਇੱਥੇ ਜ਼ਰੂਰ ਸੀ। ਮੇਰੇ ਲਈ ਇੱਕ ਕੰਮ ਕਰੇਂਗੀ? ਬਹੁਤ ਸਾਰੇ ਪੈਸੇ ਦਊਂਗਾ। ਕੰਮ ਕੀ ਹੈ? ਤੂੰ ਪਹਿਲਾਂ ਦੱਸ, ਤੂੰ ਕੰਮ ਕਰੇਂਗੀ ਤਾਂ ਹੀ ਤਾਂ ਮੈਂ ਅੱਗੇ ਗੱਲ ਕਰੂੰਗਾ। ਕੀ ਤੂੰ ਪੈਸਿਆਂ ਵਾਸਤੇ ਥੋੜ੍ਹਾ ਜਿਹਾ ਰਿਸਕ ਲੈ ਸਕਦੀ ਹੈ?
शायद तुसी भुल रहे हो, पुलिस तो भी मैं तुहानू झूठ बोल के ही बचाया सी, वो भी तो रिस्क ही सी। हुण तुसी आप ही सोच सकते हो कि मैं रिस्क टेकर हाँ कि नहीं। पर एक काम उस काम नालों ज्यादा खतरनाक है। तुसी काम दसो। आ देख रही है ये सारियां गोलियां तू नयन दे खाने च मिलानियां ने ताकि ये गोलियां दा जहर ओदे शरीर च पूरी तरह मिल जाए ते ओ खत्म हो जाए। काम रिस्की ता है पर पैसे मैं दुगने दूंगा। ठीक है, काम हुंदे ही मैं तैनू कॉल करांगी, तुसी अपना नंबर दो। नहीं, तू मैनू अपना नंबर दे, मैं तैनू कॉल करूंगा। शुक्र है उस चलाक लोमड़ी नयन ते गिद्दड़ शमशेर ने मैनू देखा नहीं। दीदी जी नू फोन करदा। पंपी दा फोन? हाँ पंपी। दीदी जी तुसी किथे हो? मैं ता टिकट बुक कर रही सी, सारी फ्लाइट डिले दिखा रहा है। और कोई डायरेक्ट फ्लाइट है भी नहीं। अच्छा तू ये दस, नयन दा की अपडेट है? किते उन्हें साड़े वास्ते कोई नवा स्यापा ता नहीं पा देता? दीदी जी तुसी नयन दी फिकर ना करो, उस नयन दा ता मैं पक्का इंतजाम कर देता है। वो हुण साडा कुछ नहीं बिगाड़ सकती क्योंकि अज दी रात उदी जिंदगी दी आखरी रात होएगी। Z5 ऐप डाउनलोड करो ते वेखो सारे एपिसोड बिल्कुल फ्री।